ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਐਂਟਰਟੇਨਮੈਂਟ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ ਤੁਹਾਡਾ ਦੋਸਤ ਅਤੇ ਹੋਸ਼, ਅੱਜ ਤੁਹਾਡੇ ਲਈ ਮੇਜਰ ਅਪਡੇਟ ਲੈ ਕੇ ਆਇਆ ਹਾਂ। ਇਹ ਅਪਡੇਟ ਹੈ ਗੁਰਨਾਮ ਭੁੱਲਰ ਜੀ ਵੱਲੋਂ। ਜੀ ਹਾਂ ਦੋਸਤੋ, ਤੁਹਾਨੂੰ ਮੈਂ ਪਿਛਲੀ ਵੀਡੀਓ ਦੱਸਿਆ ਸੀ ਕਿ ਉਹ ਇੱਕ ਸੌਂਗ ਲੈ ਕੇ ਆ ਰਹੇ ਨੇ ਅਤੇ ਉਹਨਾਂ ਨੇ ਇਹ ਦੱਸਿਆ ਸੀ ਕਿ ਇੱਕ ਸਰਪ੍ਰਾਈਜ਼ ਲੈ ਕੇ ਆ ਰਿਹਾ। ਉਹ ਸਰਪ੍ਰਾਈਜ਼ ਉਹਨਾਂ ਨੇ ਹੁਣ ਆਊਟ ਕਰ ਦਿੱਤਾ ਹੈ। ਇਹ ਸਰਪ੍ਰਾਈਜ਼ ਹੈ ਕਿ ਉਹ ਬਹੁਤ ਹੀ ਜਲਦ ਦੀ ਮੋਸਟ ਟੈਲੈਂਟਡ ਐਕਟਰੈਸ ਆਫ ਪੰਜਾਬੀ ਇੰਡਸਟਰੀ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਿਹਾ ਨੀਰੂ ਬਾਜਵਾ ਦੀ। ਨੀਰੂ ਬਾਜਵਾ ਜੀ ਅਤੇ ਗੁਰਨਾਮ ਭੁੱਲਰ ਜੀ ਇੱਕੋ ਫਿਲਮ ਵਿੱਚ ਆ ਰਹੇ ਹਨ ਅੰਡਰ ਦੀ ਬੈਰਰ ਨੀਰੂ ਬਾਜਵਾ ਐਂਟਰਟੇਨਮੈਂਟ, ਅਤੇ ਫਿਲਮ ਦਾ ਨਾਮ ਹੈ ਕੋਕਾ। ਸੋ ਦੋਸਤੋ, ਇਹ ਪੰਜਾਬੀ ਫਿਲਮ ਬਹੁਤ ਹੀ ਜਲਦ ਆਉਣ ਵਾਲੀ ਹੈ ਅਤੇ ਇਸ ਨੂੰ ਡਾਇਰੈਕਟ ਕੀਤਾ ਹੈ ਕਸ਼ਿਤਿਜ ਚੌਧਰੀ ਜੀ ਵੱਲੋਂ। ਸੋ ਦੋਸਤੋ, ਇਹ ਗੁਰਨਾਮ ਭੁੱਲਰ ਜੀ ਦੀ ਬੜੀ ਮਾਣ ਵਾਲੀ ਗੱਲ ਹੈ ਕਿ ਉਹ ਨੀਰੂ ਬਾਜਵਾ ਜੀ ਨਾਲ ਫਿਲਮ ਕਰਨ ਜਾ ਰਹੇ ਹਨ। ਇਹ ਉਹਨਾਂ ਨੇ ਖੁਦ ਹੀ ਆਪਣੇ ਸੋਸ਼ਲ ਅਕਾਊਂਟ 'ਤੇ ਇਹ ਗੱਲ ਕਹੀ ਹੈ। ਸੋ ਦੋਸਤੋ, ਕੌਣ ਕੌਣ ਇਸ ਫਿਲਮ ਦਾ ਇੰਤਜ਼ਾਰ ਕਰ ਰਿਹਾ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਅਤੇ ਇਹ ਜੋ ਸਾਲ ਹੈ, ਮੰਨ ਕੇ ਚੱਲੀਏ ਕਿ ਗੁਰਨਾਮ ਭੁੱਲਰ ਜੀ ਬੁਲੰਦੀਆਂ ਦਾ ਸਾਲ ਹੈ, ਕਿਉਂਕਿ ਇਹ ਤੀਸਰੀ ਮੂਵੀ ਹੋਏਗੀ ਜੋ ਕਿ ਇਸ ਸਾਲ 'ਚ ਰਿਲੀਜ਼ ਹੋਏਗੀ, ਕਿਉਂਕਿ ਪਹਿਲਾਂ ਪਿਛਲੇ ਸਾਲ ਗੁੱਡੀਆਂ ਪਟੇਲੇ ਹੋਈ ਸੀ, ਹੁਣ ਇੱਕ ਹੈ ਵਿਲੈਤੀ ਯੰਤਰ ਰਿਲੀਜ਼ ਹੋਏਗੀ ਇਸੇ ਸਾਲ, ਅਤੇ ਇੱਕ ਹੈ ਫਿਲਮ ਸੁਰਖੀ ਬਿੰਦੀ, ਅਤੇ ਹੁਣ ਇਹ ਤੀਜੀ ਮੂਵੀ ਕੋਕਾ ਫਿਲਮ ਰਿਲੀਜ਼ ਹੋਏਗੀ। ਸੋ ਦੋਸਤੋ, ਇਹ ਸੀ ਅੱਜ ਦੀ ਅਪਡੇਟ। ਤੁਹਾਨੂੰ ਅਪਡੇਟ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ, ਕਿਉਂਕਿ ਬੈਲ ਆਈਕਨ ਨਾਲ ਹੀ ਤੁਹਾਨੂੰ ਸਾਡੀ ਜੋ ਵੀਡੀਓਜ਼ ਦੀ ਅਪਡੇਟ ਹੈ ਉਹ ਮਿਲਦੀ ਰਹੇਗੀ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।